ਲਫ਼ਜ਼ਾਂ ਦੀ ਦੁਨੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਮੈਂ ਜਸਵੀਰ ਸਿੰਘ, ਪੇਸ਼ ਹੈ ਇਸ ਹਫ਼ਤੇ ਦਾ ਕਰੀਅਰ ਬੁਲੇਟਿਨ। LIC ਅਧੀਨ ਅਸਿਸਟੈਂਟ ਐਡਮਿਨਿਸਟ੍ਰੇਟਿਵ ਆਫਿਸਰਸ ਵਿੱਚ 590 ਅਸਾਮੀਆਂ ਲਈ ਆਨਲਾਈਨ ਰਜਿਸਟ੍ਰੇਸ਼ਨ ਅਤੇ ਫੀਸ ਦੀ ਅਦਾਇਗੀ ਦੀ ਆਖਰੀ ਮਿਤੀ 22 ਮਾਰਚ 2019 ਤੱਕ ਹੈ। ਹੋਰ ਜਾਣਕਾਰੀ ਲਈ LIC ਦੀ ਵੈਬਸਾਈਟ www.licindia.in ਤੇ ਲਾਗਿਨ ਕਰ ਸਕਦੇ ਹੋ। ਪੰਜਾਬ ਸਰਕਾਰ ਗ੍ਰਾਮੀਣ ਵਿਕਾਸ ਅਤੇ ਪੰਚਾਇਤ ਵਿਭਾਗ ਜ਼ਿਲ੍ਹਾ ਪਰਿਸ਼ਦ ਕੰਪਲੈਕਸ ਸੰਗਰੂਰ ਵੱਲੋਂ ਕੰਟਰੈਕਟ ਆਧਾਰ 'ਤੇ 13 ਅਸਾਮੀਆਂ ਲਈ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਪਲਾਈ ਕਰਨ ਦੀ ਆਖਰੀ ਮਿਤੀ 18 ਮਾਰਚ 2019 ਹੈ। ਵਧੇਰੇ ਜਾਣਕਾਰੀ ਲਈ ਵੈਬਸਾਈਟ ਅਤੇ ਨੋਟੀਫਿਕੇਸ਼ਨ ਸਕਰੀਨ ਤੋਂ ਦੇਖ ਸਕਦੇ ਹੋ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਬੰਧ ਹੇਠ ਚੱਲ ਰਹੇ ਗੁਰਦੁਆਰਿਆਂ ਵਿਖੇ ਯਾਤਰਾ 2019 ਸਮੇਂ ਵੱਖ ਵੱਖ ਅਹੁਦਿਆਂ ਲਈ ਸਟਾਫ ਦੀ ਲੋੜ ਹੈ। ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਵਾਸਤੇ ਉਮੀਦਵਾਰਾਂ ਦੇ ਬੇਨਤੀ ਪੱਤਰ, ਜਨਮ ਮਿਤੀ, ਵਿੱਦਿਅਕ ਯੋਗਤਾ ਅਤੇ ਤਜਰਬੇ ਦੇ ਪ੍ਰਮਾਣ ਪੱਤਰਾਂ, ਪਛਾਣ ਪੱਤਰ ਦੇ ਫੋਟੋ ਉਤਾਰੇ ਅਤੇ ਤਾਜ਼ੀਆਂ 2 ਤਸਵੀਰਾਂ ਸਹਿਤ ਮੈਨੇਜਮੈਂਟ ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ, ਲਛਮਣ ਝੂਲਾ ਰੋਡ, ਰਿਸ਼ੀਕੇਸ਼, ਜ਼ਿਲ੍ਹਾ ਦੇਹਰਾਦੂਨ, ਉੱਤਰਾਖੰਡ ਦੇ ਪਤੇ ਉੱਪਰ ਮਿਤੀ 15 ਅਪ੍ਰੈਲ 2019 ਤੱਕ ਪਹੁੰਚ ਜਾਣੇ ਚਾਹੀਦੇ ਹਨ। ਬਿਨਾਂ ਅਰਜ਼ੀ ਭੇਜਣ ਤੋਂ ਇੰਟਰਵਿਊ ਲਈ ਆਏ ਉਮੀਦਵਾਰ ਨੂੰ ਨਹੀਂ ਵਿਚਾਰਿਆ ਜਾਵੇਗਾ। ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਸਕਰੀਨ ਉੱਤੋਂ ਦੇਖ ਸਕਦੇ ਹੋ। ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 4/2016 ਰਾਹੀਂ ਸਟੈਨੋ ਟਾਈਪਿਸਟ ਦੀਆਂ 471 ਅਸਾਮੀਆਂ ਅਤੇ ਜੂਨੀਅਰ ਸਕੇਲ ਦੀਆਂ 9 ਅਸਾਮੀਆਂ ਲਈ ਸਫਲ ਉਮੀਦਵਾਰਾਂ ਨੂੰ ਵਿਭਾਗ ਵੰਡਣ ਸੰਬੰਧੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਦਫ਼ਤਰ ਵਿਖੇ ਮਿਤੀ 18, 19, 20, 22 ਅਤੇ 25 ਮਾਰਚ 2019 ਨੂੰ ਸਵੇਰੇ 10 ਵਜੇ ਕੌਂਸਲਿੰਗ ਰੱਖੀ ਗਈ ਹੈ। ਵਧੇਰੇ ਜਾਣਕਾਰੀ ਲਈ ਸਕਰੀਨ 'ਤੇ ਦਿੱਤੇ ਗਏ ਨੋਟੀਫਿਕੇਸ਼ਨ ਤੋਂ ਵਿਭਾਗ ਦੀ ਵੈਬਸਾਈਟ ਵਾਚੀ ਜਾ ਸਕਦੀ ਹੈ। CDEC ਅਧੀਨ ਅਹੁਦਾ ਮੈਨੇਜਰ, ਸੀਨੀਅਰ ਲੀਗਲ ਆਫਿਸਰ ਅਤੇ ਹੋਰ ਵਿੱਚ 15 ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 19 ਮਾਰਚ 2019 ਹੈ। ਵੈਬਸਾਈਟ ਸਕਰੀਨ 'ਤੇ ਦਿੱਤੇ ਗਏ ਨੋਟੀਫਿਕੇਸ਼ਨ ਤੋਂ ਦੇਖ ਸਕਦੇ ਹੋ। ਉੱਤਰਾਖੰਡ ਕਾਰਪੋਰੇਟਿਵ ਬੈਂਕ ਅਧੀਨ ਅਹੁਦਾ ਕਲਰਕ, ਕੰਮ ਕੈਸ਼ੀਅਰ ਅਤੇ ਹੋਰ ਵਿੱਚ 442 ਅਸਾਮੀਆਂ ਭਰਨ ਦੀ ਆਖਰੀ ਮਿਤੀ 20 ਮਾਰਚ 2019 ਹੈ। ਵੈਬਸਾਈਟ ਸਕਰੀਨ 'ਤੇ ਦਿੱਤੇ ਗਏ ਨੋਟੀਫਿਕੇਸ਼ਨ ਤੋਂ ਨੋਟ ਕਰ ਸਕਦੇ ਹੋ। ਹੁਣ ਕੁਝ ਦਾਖਲਾ ਅਤੇ ਰੁਜ਼ਗਾਰ ਨੋਟੀਫਿਕੇਸ਼ਨ ਸਕਰੀਨ ਉੱਤੇ ਦਿੱਤੇ ਜਾ ਰਹੇ ਹਨ। ਇਹ ਸੀ ਇਸ ਹਫ਼ਤੇ ਦਾ ਕਰੀਅਰ ਰੁਜ਼ਗਾਰ ਬੁਲੇਟਿਨ। ਅਗਲੇ ਹਫ਼ਤੇ ਨਵਾਂ ਰੁਜ਼ਗਾਰ ਬੁਲੇਟਿਨ ਲੈ ਕੇ ਹਾਜ਼ਰ ਹੋਵਾਂਗਾ। ਲਫ਼ਜ਼ਾਂ ਦੀ ਦੁਨੀਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ।